ਏ ਕਦਰਾਂ ਸਜਣਾ ਸਾਨੂੰ ਤੇਰੀ ਯਾਦ ਸਤਾਵੇ ਬੇਹਦਾ। ਓਏ ਬੇਹਦਾ ਤੇ ਆ, ਸੁਬਾਹ ਸੁਬਾਹ ਦਾ ਟਾਈਮ ਆ, ਤੂੰ ਗਾਣਾ ਸ਼ੁਰੂ ਕਰ ਦਿੱਤਾ। ਭਾਅ ਜੀ ਕੰਮ ਕਰ ਰਹੇ ਨਾਲ, ਰੂਹ ਰਾਜ਼ੀ ਕਰ ਰਹੇ ਆਪਣੀ, ਰੂਹ ਰਾਜ਼ੀ ਕਰਨ ਡੈ। ਇੱਕ ਤਾਂ ਮਸੀਕੀ ਵਾਲੇ ਘਰਾਣੇ 'ਚ ਪੈਦਾ ਹੋ ਜਾਣਾ ਸੀ, ਮੈਨੂੰ ਮਿਲ ਪਿਆ ਤੂੰ। ਆ ਪੈਕਿੰਗ ਦੇਖ ਲਓ, ਆ ਦੇਖੋ ਕਿੰਨੀ ਢਿੱਲੀ, ਪਤਾ ਨਹੀਂ ਚੋਂਦੇ ਆ ਪੈਕ ਕਰ ਦਿੱਤੀ, ਪਾਣੀ ਸਿਮਣ ਡਿਆ ਵਿੱਚੋਂ। ਇਹ ਵਿੱਚ ਇੱਕ ਬਰਫ ਵਾਲਾ ਗੋਲਾ ਪਾਤਾ, ਉਹਦੇ ਪਾਣੀ ਸਿਮਣ ਡਿਆ। ਆਪ ਕਰ ਕੰਮ ਕਰ, ਗੱਲਾਂ ਘੱਟ ਕਰ। ਸੁਬਾ ਸੁਬਾ ਹੀ ਆਉਂਦੇ ਉਹ ਸਫਾਈ ਕਰ, ਐਵੇਂ ਬੁੜ ਬੁੜ ਕਰੀ ਜਾਂਦਾ। ਆ ਪਾਣੀ ਦਾ ਗਲਾਸ ਪਿਲਾ ਮੈਨੂੰ। ਕੀ ਗੱਲ, ਭੱਲੇ ਖਾਧੇ ਸਾਜ? ਉਹ ਮੂੰਹ ਐਵੇਂ ਫਟ ਫਟ ਕਰੀ ਜਾਂਦਾ, ਭੱਲੇ ਖਾਧੇ? ਤੂੰ ਇੱਥੇ ਰੇਹੜੀ ਲਾਈ ਆ ਭੱਲਿਆਂ ਦੀ, ਬਕਵਾਸ ਕਰਨ ਡਿਆ। ਆ ਪਾਣੀ ਪਿਲਾ। ਸਾਦਾ ਕਿ ਸਰਫ ਵਾਲਾ? ਉਹ ਸਰਫ ਵਾਲਾ ਕਿਹੜਾ ਪੀਂਦਾ ਪਾਣੀ? ਉਰਿਆ ਮੇਰੀ ਗੱਲ ਸੁਣ, ਉਰਿਆ ਇੱਥੇ ਆ ਜਾ। ਸਰਫ ਵਾਲਾ ਕਿਹੜਾ ਪਾਣੀ ਪੀਂਦਾ? ਤੇਰੇ ਵੱਡੇ ਸਰਫ ਵਾਲਾ ਪਾਣੀ ਪੀਂਦੇ ਆ? ਵੀ ਮੈਂ ਪਾਣੀ ਪੀ ਗਈ ਤਾਂ ਛਿੱਕ ਆਵੇ, ਮੇਰੇ ਨੱਕ ਥਾਣੀ ਬੁਲਬੁਲੇ ਨਿਕਲਣ ਲੱਗ ਪੈਣ। ਸ਼ਰਮ ਨਹੀਂ ਆਉਂਦੀ ਤੈਨੂੰ? ਸਰਫ ਵਾਲਾ ਪਿਲਾਉਣ ਡਿਆ ਨਾ ਬਣਾਈ, ਮੈਂ ਨਹੀਂ ਤੇਰੇ ਹੱਥੋਂ ਪਾਣੀ ਪੀਣਾ। ਰੱਖ ਦਿਓ ਉੱਤੇ ਗਲਾਸ, ਮੈਂ ਆਪ ਹੀ ਪੀ ਲੂੰਗਾ। ਮੇਰੇ ਹੱਥੋਂ ਦੁਪਹਿਰ ਦੀ ਰੋਟੀ ਵੀ ਨਾ ਖਾਇਓ। ਉਹ ਨਹੀਂ ਨਹੀਂ ਪੁੱਤ, ਰੋਟੀ ਰੋਟੀ ਤੋਂ ਬਾਅਦ ਪਾਣੀ ਪੀਵਾਂਗਾ, ਰੋਟੀ ਖਾ ਲਾਂ। ਅੱਛਾ ਕੰਮ ਕਰ। ਸੁਬਾ ਸੁਬਾ ਹੀ ਲੱਗ ਜਾਂਦੇ। ਅੱਛਾ ਕੈਨ ਆ ਗਏ ਸੀ ਕੱਲ? ਆ ਗਏ ਸੀ। ਕਿੰਨੇ ਆਏ ਸੀ? 22 ਕੈਨ ਇੱਕ ਆਏ ਆ, 5 ਕੈਨ ਇੱਕ ਆਏ ਆ। 22 ਇੱਕ ਤੇ 5 ਇੱਕ। ਤੇ ਰਕਸ਼ੇ ਦਾ ਕਿਰਾਇਆ ਤੂੰ ਦਿੱਤਾ ਸੀਗਾ? ਹਾਂਜੀ। ਕਿੰਨਾ? 700 ਰੁਪਈਆ। ਸਲਾਮ ਅਲੈਕੁਮ ਜੀ। 700 ਕਿਰਾਇਆ ਦਾ? ਹਾਂਜੀ। ਅੱਛਾ ਜੀ, ਹਾਂਜੀ 700 ਕਿਰਾਇਆ। 700? ਹਾਂਜੀ 700। ਵਾਲੇਕੁਮ ਸਲਾਮ ਭਾਅ ਜੀ। 700 ਕਿਰਾਇਆ। ਦੋ ਚਾਹਾਂ ਵੀ ਪੀਤੀਆਂ ਉਹਨੇ, ਇੱਕ ਮੈਂ। ਨਹੀਂ ਉਹਨੇ ਤਾਂ ਪੀਤੀ, ਤੂੰ ਕੱਲ ਹੀ ਪੀਤੀ ਹੈ, ਤੈਨੂੰ ਵੱਡਾ ਬੁਖਾਰ ਹੋਇਆ ਵਾ। ਮੈਂ ਕਿਤੇ ਲਈਏ ਕੰਮ ਤੇ ਲੱਗਾ, ਇੱਥੋਂ ਹੀ ਪੀਣੀ ਹੈ ਚਾਹ। ਤੇ ਪੁੱਤ ਦੱਸਿਆ ਵੀ ਕਰ, ਹੁਣ ਤਾਂ ਤੇਰਾ 1900 ਚਾਹਾਂ ਦਾ ਬਣ ਜਾਂਦਾ। ਉਹ ਚਲੋ ਕੋਈ ਨਹੀਂ, ਮੁਲਾਜ਼ਮ ਨੇ ਇੱਕ ਅੱਧੀ ਪੀ ਲਈ ਤੇ ਫੇਰ ਕੀ ਹੋਇਆ, ਜਦੋਂ ਤਨਖਾਹਾਂ ਟਾਈਮ ਨਹੀਂ ਦੇਣੀਆਂ, ਸਿਰ ਪੀੜ ਤੇ ਹੋਣੀ ਅਗਲੇ ਨੂੰ। ਭਾਅ ਜੀ ਬਹੁਤ ਬੇਹਦਾ ਦਾ ਬੱਚਾ, ਤੁਹਾਨੂੰ ਨਹੀਂ ਪਤਾ। ਹਾਂਜੀ ਭਾਅ ਜੀ, ਹੋਰ ਸੁਣਾਓ, ਸਭ ਠੀਕ? ਭਾਅ ਜੀ ਬਹੁਤ ਵਧੀਆ। ਓਏ ਹੋਏ, ਬੜੀ ਦੂਰ ਤੁਰ ਕੇ ਆਉਣਾ ਪਿਆ ਯਾਰ। ਅੱਛਾ ਗੱਲ ਸੁਣ। ਹਾਂਜੀ। ਕਿੰਨੇ ਪੈਸੇ ਮੰਗਦੇ ਸੀ ਟੋਟਲ? ਭਾਅ ਜੀ ਟੋਟਲ ਉਹਦਾ ਬਣ ਗਿਆ 32,500 ਰੁਪਇਆ। 32,500? ਭਾਅ ਜੀ ਮੈਂ ਅਗਲੇ ਚੌਂਕ 'ਚ ਹੋਵਾਂ ਉਹਨਾਂ ਚੱਕਰ? ਨਹੀਂ ਭਾਅ ਜੀ, ਹੁਕਮ ਕਰੋ, ਤੁਹਾਡਾ ਆਪਣਾ ਟਾਈਮ ਨਹੀਂ ਲੱਗਣ ਦਿਆ, ਗਾਹਕ ਕੋਲੋਂ ਵੀ ਪੁੱਛ ਲਓ। ਭਾਅ ਜੀ ਮੇਰਾ ਸਾਹ ਨਹੀਂ ਲੈਣ ਦਿਆ, ਤੁਹਾਡੀ ਗੱਲ ਨਹੀਂ ਲੈਣ ਦੀ। ਭਾਅ ਜੀ ਨੂੰ ਭਾਅ ਹੋਏ, ਬੈਠੋ ਭਾਅ ਜੀ, ਬਾਬਾ ਭਾਅ ਜੀ ਧਿਆਨ ਨਾਲ ਭਾਅ ਜੀ ਸਹੀ ਹੋਵੇ, ਲੇਡੀ ਵਾਲੀ ਡਰਮੀਨਾ ਹੋਵੇ, ਬਾਅਦ 'ਚ ਨਾਲ ਨਾਲ ਚੱਕੀ ਫਿਰਾਂ ਮੈਂ। ਨਹੀਂ ਭਾਅ ਜੀ, ਚਲੋ ਤੁਸੀਂ ਚੁੱਕੀ ਵੀ ਫਿਰੋ, ਦੁੰਬੇ ਵੀ ਤਾਂ ਚੁੱਕੀ ਫਿਰਦੇ ਹੀ ਆ। ਹੋਰ ਸੁਣਾਓ ਜੀ। ਓਏ ਹੋਏ, ਕੀ ਹੁੰਦਾ ਭਾਅ ਜੀ ਤੁਹਾਡੇ ਕੋਲ? ਭਾਅ ਜੀ ਆਪਣੇ ਕੋਲ ਤੇਜ਼ਾਬ ਆ, ਸਰਫ ਆ, ਲਿਕੁਇਡ, ਸਾਰੀਆਂ ਚੀਜ਼ਾਂ ਪਈਆਂ ਭਾਅ ਜੀ, ਸਾਬਣ ਹੈਗਾ ਭਾਅ ਜੀ। ਹਾਂਜੀ। ਆਹ ਬੋਤਲਾਂ ਨਹੀਂ ਬੜੀ ਲੈਣ ਲਈ ਆ, ਦੌੜਾ ਇਹਨਾਂ ਦੀ? ਨਹੀਂ ਭਾਅ ਜੀ, ਆਪਣਾ ਕੰਮ ਆ ਨਾ, ਇਹ ਜ਼ਰੂਰੀ ਹੁੰਦਾ ਦੁਕਾਨਦਾਰੀ ਸਜਾਉਣ ਵਾਸਤੇ। ਅੱਛਾ ਅੱਛਾ। ਹਾਂਜੀ, ਸਜਾਉਣ ਵਾਸਤੇ ਲਾਈਆਂ? ਜੀ ਜੀ। ਤੇ ਵਿਕਦੀਆਂ ਵੁਕਦੀਆਂ ਨਹੀਂ? ਨਹੀਂ ਨਹੀਂ ਵਿਕਦੀਆਂ ਭਾਅ ਜੀ, ਉਹ ਸਜਾਵਟ ਲਈ ਲਾਈਆਂ, ਆਪਣੇ ਕੋਲ ਅੰਦਰ ਬਥੇਰਾ ਗੋਦਾਮ 'ਚ ਮਾਲ ਪਿਆ। ਇਹਨਾਂ ਨੇ ਵੀ ਅੰਦਰ ਰੱਖੋ, ਐਵੇਂ ਰਸ਼ ਪਾਇਆ ਬਾਹਰ, ਖੁੱਲ੍ਹੀ ਖੁੱਲ੍ਹੀ ਜਗ੍ਹਾ, ਗਾਹਕ ਦੂਰੋਂ ਵੇਖੇ। ਪਹਿਲਾਂ ਮੈਨੂੰ ਇੱਦਾਂ ਹੀ ਲੱਗਾ ਦੁਕਾਨ 'ਤੇ ਕੋਈ ਨਹੀਂ, ਅੱਗੇ ਬੋਤਲਾਂ ਤੁਸੀਂ ਉਹਲੇ ਬੈਠੇ ਸੀ। ਭਾਅ ਜੀ ਪਤਾ, ਗਾਹਕ ਨੂੰ ਬੋਤਲਾਂ ਦੇਖਦੀਆਂ ਤੇ ਆਉਂਦਾ ਵਾ। ਅੱਛਾ ਅੱਛਾ। ਨਹੀਂ ਇੱਕ ਰੰਗ ਦੀਆਂ ਲਾ ਲਓ, ਬਾਹਰੋਂ ਤਾਂ ਇੱਦਾਂ ਹੀ ਲੱਗਦਾ ਇਹ ਸ਼ਰਬਤ ਵਾਲੀ ਦੁਕਾਨ। ਮੈਂ ਤਾਂ ਆਪਣੇ ਵੱਲੋਂ ਪਾਣੀ ਪੀਣ ਆਇਆ ਜੀ, ਮੈਂ ਕਿਹਾ ਕਾਂਜੀ ਦਾ ਪੀਣੇ ਆ, ਜ਼ਰਾ ਮਿਹਦੇ ਦੀ ਗਰਮੀ ਚੁੱਕੀ ਜਾਊ। ਦੋ ਗਲਾਸ ਬਣਾਉਣਾ ਤਾਂ ਮੈਂ, ਇੱਕ ਪੀ ਲਓ, ਇੱਕ ਪੈਕ ਕਰਾ ਦਿੰਦਾ। ਓਏ ਪਾਣੀ ਪਿਲਾ ਭਾਅ ਜੀ ਨੂੰ। ਭਾਅ ਜੀ ਪਹਿਲੇ ਪਾਣੀ, ਕੰਮ ਬਾਅਦ 'ਚੋਂ। ਹਾਂਜੀ ਹਾਂਜੀ, ਪਹਿਲੇ ਪਾਣੀ ਪਿਆ ਪੁੱਤ। ਓਏ ਓਏ ਹੋਏ, ਬਾਈ ਮਾਂ ਨਾ ਬੜੀ ਭੜਕੀ ਲੱਗ ਜਾਂਦੀ ਬੰਦੇ ਨੂੰ। ਪਿਆ ਪੁੱਤ ਪਾਣੀ ਪੀਓ। ਹੈਲੋ ਭਾਅ ਜੀ,
ਮਿਹਰਬਾਨੀ ਬੱਚਿਆ। ਓਹੋ ਭਾਜੀ ਸਾਹ ਲੈ ਕੇ ਪਾਣੀ ਪੀਦਾ। ਓਏ ਹੋਰ ਭਾਈ, ਹੋਰ ਭਾਈ, ਹੋਰ ਭਾਈ ਕੀ ਗੱਲ ਹੋਈ? ਹੱਸ ਗਿਆ, ਪਿਆਸ ਜ਼ਿਆਦਾ ਵਾ, ਥੱਲੇ ਤੱਕ ਤੇ ਖੁਸ਼ਕ ਹੋਇਆ ਪਿਆ ਮੈਂ। ਹੱਸ ਗਿਆ ਵਾ? ਹਾਂਜੀ। ਆ ਕੋ ਸਰੀਆ ਪਿਆ ਇੱਥੇ ਤੇਰੇ ਕੋਲ? ਉਹ ਅੰਦਰ ਰੱਖ ਮੇਰਾ ਪੁੱਤ ਚੁੱਕ। ਉਹ ਡਾਂਗ ਪਈ ਹੈ ਜਿਹਨੇ ਜਾਲੇ ਲਾਏ ਆ ਕੱਲ। ਆ ਫੜ ਗਲਾਸ। ਭਲਾ ਹੋਵੇ ਭਾਈ, ਤੁਹਾਡਾ ਵੀ ਭਲਾ ਹੋਵੇ ਭਾਈ। ਕੌਣ ਪੁੱਛਦਾ ਹੀ ਅੱਜ ਕਿਸੇ ਨੂੰ ਪਾਣੀ ਭਾਈ, ਮਿਹਰਬਾਨੀ ਤੁਹਾਡੀ। ਭਾਜੀ ਪਤਾ ਕੀ, ਇਹ ਜ਼ਮਾਨਾ ਹੀ ਇੱਦਾਂ ਦਾ, ਕਿਸੇ ਵੱਲ ਕੋਈ ਧਿਆਨ ਨਹੀਂ ਕਰਦਾ। ਲੇਕਿਨ ਸਾਡਾ ਫਰਜ਼ ਆ ਭਾਜੀ, ਰੱਬ ਦੀ ਰਹਿਮਤ ਹੁੰਦੀ ਤੁਸੀਂ ਚੱਲ ਕੇ ਆਏ, ਅਸੀਂ ਤੁਹਾਨੂੰ ਪਾਣੀ ਵੀ ਪਿਆਉਣਾ, ਤੁਸੀਂ ਰੋਟੀ ਖਾਣੀ ਭਾਜੀ? ਖਾਂਗੇ ਭਾਜੀ। ਇਹ ਨਾਲ ਆ ਬੰਦਾ ਬਹੁਤ ਅੱਛੇ ਪਾਏ ਲਾਉਂਦਾ ਵਾ। ਭੇਜ ਮੁੰਡੇ ਨੂੰ, ਭੇਜ ਉਹਨੂੰ ਕਹਿ ਗਿਆ ਉਹ ਤੋਂ ਜਾ, ਇਹਨੂੰ ਲੈ ਜਾ ਭਾਨੂੰ, ਉੱਥੇ ਛੱਡ ਕੇ ਆ ਜਾ। ਨਹੀਂ ਇੱਥੇ ਪਾਵੇ ਨਹੀਂ ਆਉਂਦੇ? ਨਹੀਂ ਤੁਸੀਂ ਆਪਣੇ ਪੱਲੇ ਨੂੰ ਖਾਣੀ ਉੱਥੋਂ। ਵੱਡਾ ਪਾਵਾ ਟੁੱਟ ਗਿਆ ਕਿਉਂਕਿ ਮੰਜੀ ਤੇ 6 ਜਣੇ ਇਕੱਠੇ ਬਹਿ ਗਏ। ਉਹ ਮੁੱਕ ਗਿਆ, ਕੋਈ ਹੋਰ ਦੱਸੋ, ਉਹ ਸਮਾਨ ਦੱਸੋ। ਲਾ ਜੀ ਮਾਲ 2 ਨੰਬਰ ਨਾ ਹੋਵੇ ਭਾਜੀ, ਬੜੀ ਦੂਰੋਂ ਸੁਣ ਗਏ ਤੁਹਾਡੀ ਦੁਕਾਨ ਦਾ ਕਿ ਮਾਲ 1 ਨੰਬਰ ਹੁੰਦਾ ਤੁਹਾਡੇ ਕੋਲ? ਭਾਜੀ HB ਕੈਮੀਕਲ ਟ੍ਰੇਡਰ ਦਾ ਇੱਕ ਨਾਂ, 50 ਸਾਲ ਤੋਂ ਸਾਡੇ ਬਜ਼ੁਰਗ ਵੀ ਇਹ ਕੰਮ ਕਰਦੇ ਪਏ। ਅੱਛਾ, ਮਾਲ ਮਾੜਾ ਨਿਕਲੇ ਇੱਥੇ ਤੁਸੀਂ ਛੱਡਣਾ? ਤੁਹਾਡੇ ਬਜ਼ੁਰਗ ਵੀ ਇਹੀ ਕੰਮ ਕਰਦੇ? ਹਾਂਜੀ। ਜਦ ਉਹਨਾਂ ਦੇ ਹੱਥ 'ਚ ਕੋਈ ਬਰਕਤ ਨਹੀਂ ਤੇ ਤੁਸੀਂ ਤਾਂ ਛੱਡੋ ਇਸ ਨੂੰ, ਹੋਰ ਕੀ ਕੰਮ ਕਰ ਲਵੋ? ਪਰ ਨਹੀਂ ਉਹ ਭਾਈ, ਉਹਨਾਂ ਦਾ ਮਾਲ ਪਿਆ ਤੁਸੀਂ ਵੇਚਣ ਰਹੇ ਜੇ, 50 ਸਾਲ ਪਹਿਲਾਂ ਮਾਲ ਇਹ ਕੰਮ ਕਰਦਾ ਤੁਹਾਡਾ ਮਾਲ? ਓਏ 50 ਮਾਲ ਤਾਜ਼ਾ ਹੀ ਆ, 50 ਸਾਲ ਤੋਂ ਵੇਚਦੇ ਆ ਰਹੇ ਆ। ਅੱਛਾ ਅੱਛਾ ਅੱਛਾ, ਤੇ ਵਿਕਿਆ ਨਹੀਂ? ਉਹ ਭਰਾਵਾ ਵਿਕਿਆ ਵਾ, ਵਿਕਦਾ ਰਹਿੰਦਾ, ਪਿੱਛੋਂ ਨਵਾਂ ਮੰਗਾ ਲਈਦਾ ਹੋਰ। ਅੱਛਾ, ਤੇ ਪਹਿਲਾਂ ਹੀ ਨਾ ਵੇਚੋ ਜੇ ਹੋਰ ਮੰਗਾਉਣਾ ਤੇ। ਮਾਲ ਨੂੰ ਕਿ ਭਾਜੜ ਪਾਈ ਤੁਸੀਂ ਜਿਹੜਾ ਪਿਆ ਪਿਆ ਰਹਿੰਦੇ ਹੋ? ਮੇਰੇ ਦੁਕਾਨ ਪਾਈ ਇਸ ਲਈ ਮਾਲ ਵੇਚਣ ਵਾਸਤੇ, ਔਰ ਮੈਂ ਮਾਲ ਸਟਾਕ ਕਿਉਂਕਿ ਜੋੜਨਾ ਉਹ। ਤੇ ਵੇਚਦੇ ਕਿਉਂ ਨਹੀਂ? ਉਦਾਂ ਹੀ ਭਰਿਆ ਪਿਆ, ਇਹਨੂੰ ਵੇਚੋ ਫਿਰ। ਹੁਣ ਤੁਹਾਡੇ ਵਰਗੇ ਗਾਹਕ ਆ ਗਏ ਨਾ ਭਾਜੀ, ਹੁਣ ਲੈ ਲਾਜ਼ਮੀ ਮੈਂ ਸਾਰੀਆਂ ਲੈ ਜਾਣੀਆਂ, ਮੈਂ ਕੋਈ 25 ਨਹੀਂ 30 ਬੋਤਲਾਂ ਲੈ ਜਾਊਂਗਾ। ਤੇ ਸਾਡੇ ਲਈ ਉਹੀ ਬਣੀਆਂ ਭਾਜੀ। ਅੱਛਾ, ਫਿਰ ਦੁਕਾਨ ਬੰਦ ਕਰ ਦੇਣੀ? ਨਹੀਂ, ਬੰਦ ਕਿਉਂ ਕਰ ਦੇਣੀ ਦੁਕਾਨ? ਹਾਂ ਭਾਜੀ, ਇਹ ਦੁਕਾਨ ਖੁੱਲ੍ਹੀ ਰਹਿਣੀ ਹੈ, ਸ਼ਾਮ ਤੱਕ ਖੁੱਲ੍ਹਦੀ ਹੈ 6 ਵਜੇ ਤੱਕ। ਭਾਈ ਚੋਰੀ ਹੋ ਜੂ, ਰਾਤ ਨੂੰ ਤਾਂ ਬੰਦ ਕਰਦੇ ਹੋਵੋਗੇ? ਹਾਂਜੀ, 6 ਵਜੇ ਬੰਦ ਕਰ ਦੇਣੀ ਸ਼ਾਮ ਨੂੰ। ਅੱਛਾ, ਹਾਂਜੀ, ਤੁਹਾਡਾ ਮੂੰਹ ਨਹੀਂ ਚੰਗਾ, ਗੱਲ ਤਾਂ ਚੰਗੀ ਕਰੋ, ਚੋਰੀ ਪੁਆਤੀ। ਭਾਈ ਸਵੇਰ ਦਾ ਮੂੰਹ ਧੋਤਾ, ਕਿਹੜਾ ਸ਼ੀਸ਼ਾ ਵੇਖਿਆ, ਬਾਜ਼ਾਰ ਫਿਰਦੇ ਆ ਫਿਰਦੇ, ਇੱਥੇ ਤੱਕ ਆ ਕੇ ਪਤਾ ਨਹੀਂ ਕਿੱਦਾਂ ਹੋਇਆ। ਸਵੇਰ ਦਾ ਮੂੰਹ ਧੋਤਾ ਤਾਂ ਸਾਬਣ ਨਾਲ ਵੀ ਧੋਈਦਾ ਹੁੰਦਾ। ਸਾਬਣ ਨਾਲ ਧੋਤਾ ਭਾਈ, ਸਾਬਣ ਨਾਲ ਧੋਤਾ। ਫਿਰ ਐਤਕੀ ਸਰਫ ਨਾਲ ਧੋ ਕੇ ਦੇਖੋ। ਅੱਛਾ, ਆ ਦੇਖੋ ਤੁਹਾਡੀ ਤਕਦੀਰ ਬਦਲ ਦੀ। ਬੱਲੇ ਬੱਲੇ ਬੱਲੇ, ਮੂੰਹ ਤੇ ਦਾਗ ਪਏ, ਪਤਾ ਨਹੀਂ ਰਾਤੀ ਬਿੱਲੀ ਮੂੰਹ ਚੱਟਦੀ ਰਹੀ। ਇਹਨੂੰ ਕਿਤੇ ਕੰਨ ਨਹੀਂ ਫੜਾ ਦੇ ਉਹਨਾਂ ਚਿਕਰ, ਜਿੰਨਾ ਚਿਕਰ ਆਪਣੀ ਡੀਲ ਚੱਲਣ ਦੀ। ਕੋ ਅਕਲ ਕਰ ਜਾ, ਪਹਿਲਾ ਗਾਹਕ ਆਇਆ ਤੂੰ ਉਹਦੇ ਨੇ ਮੱਥਾ ਲਾ ਲਿਆ। ਅਸਲ ਪਤਾ ਕੀ ਆ ਜੀ, ਇਹ ਮੇਰੇ ਕੋਈ ਆ ਬਚਪਨ ਤੋਂ, ਇਹਦਾ ਅੱਬਾ ਇੱਥੇ ਕੰਮ ਕਰਦਾ ਸੀ, ਉਹ ਅੱਲਾ ਨੂੰ ਪਿਆਰਾ ਹੋ ਗਿਆ। ਚੱਲ ਫਿਰ ਇਹਦਾ ਕੋਈ ਕਸੂਰ ਨਹੀਂ, ਇਹਦਾ ਬਚਪਨ ਠੀਕ ਲੰਘਿਆ ਹੀ ਨਹੀਂ, ਤੇ ਹੁਣ ਟਾਈਮ ਕਿੱਦਾਂ ਲੰਘੇ ਇਹਦਾ? ਨਹੀਂ ਨਹੀਂ, ਬਚਪਨ ਉਹਦਾ ਠੀਕ ਲੰਘਿਆ ਵਾ, ਮੇਰੇ ਕੋਲ ਲੰਘਿਆ ਵਾ। ਅੱਛਾ ਅੱਛਾ, ਇਹ ਐਡਾ ਸੀ ਜਦੋਂ ਦਾ ਮੇਰੇ ਕੋਲ ਆ। ਬੱਲੇ 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 ਬੱਲੇ, ਹੁਣ ਤੇ ਮਾਸ਼ਾਅੱਲਾ ਜਵਾਨ ਹੋ ਗਿਆ। ਇਹ ਦੁਕਾਨ ਕਿੱਦਾਂ ਖੋਲਦਾ ਸੀ ਵੀ, ਕਰਦੀ ਐਡਾ ਕੇ ਇਹਦਾ, ਤੇ ਇਹਨੂੰ ਦੁਕਾਨ ਕੀ ਖੋਲਣੀ? ਉਹ ਤਾਲੇ ਮੈਂ ਭਰਾਵਾ ਕਿਹੜਾ ਉਤਲੀ ਮੰਜ਼ਲ ਤੇ ਲਵਾਏ ਆ, ਥੱਲੇ ਬਹਿ ਕੇ ਖੋਲ ਲੈਂਦਾ ਸੀ ਤਾਲੇ। ਅੱਛਾ ਅੱਛਾ, ਲਓ ਜੀ ਭਾਜੀ ਮਾਲ ਚਾਹੀਦਾ 1 ਨੰਬਰ। ਗੱਲ ਇਹ ਆ ਕਿ ਮੈਂ ਚਾਹੁੰਦਾ ਵਾਂ ਕਿ ਜਿੱਥੇ ਮਾਲ ਪਾਈਏ ਨਾ, ਅਲੱਗ ਪਤਾ ਜਾਵੇ ਕਿ ਮਾਲ ਇਸਤੇਮਾਲ ਹੋਇਆ ਤੁਹਾਡਾ। ਤੁਸੀਂ 1 ਬੋਤਲ ਪਾਉਣੀ ਆ ਜੀ ਜੀ, ਤੁਹਾਨੂੰ ਕੰਮ 'ਚ ਸਫਾਈ ਨਾ ਨਜ਼ਰ ਆਵੇ, ਪੈਸੇ ਵਾਪਸ। ਭਲਾ ਹੋਵੇ, ਸਫਾਈ ਚਾਹੁੰਦਾ ਮੈਂ ਭਰਾਵਾ। ਅਸੀਂ ਜ਼ਬਾਨ ਕਰਦੀ ਮਾਰਕੀਟ 'ਚ ਬੈਠੇ, ਬੰਦਾ ਖਾਨਦਾਨੀ ਲੱਗਾ ਮੈਨੂੰ ਤੂੰ। ਭਾਜੀ ਚਲੋ ਗੱਲਾਂ ਛੱਡੋ, ਆ ਗਾਜਰ ਦਾ ਮੁਰੱਬਾ ਚੈੱਕ ਕਰੋ। ਓਏ ਓਏ, ਕੈਮੀਕਲ ਆ ਦੂਆ, ਗਾਜਰ ਦੇ ਲੱਗਦੇ ਆ। ਉਹ ਤੂੰ ਸ਼ਗਿਰਦ ਕਹਿੰਦਾ ਬਾਂਦਰ ਲੱਗਣ ਦੇ ਆ, ਤੇ ਉੱਤੇ ਚੜਿਆ ਗਿਆ ਦੁਕਾਨ ਤੇ। ਓਏ ਮੂੰਹ ਬੰਦ ਰੱਖੀ, ਬੱਚਾ ਹੈ ਨਾ ਭਾਜੀ।
ਤੇ ਤੁਹਾਡਾ ਹੋਏਗਾ ਭਾਈ, ਸਾਗੋ ਤੇ ਚੰਨਾ ਖਾਏਗਾ, ਬਦਤਮੀਜ਼ੀ ਕਰੇਗਾ। ਤੇ ਅਸੀਂ ਪਿੰਡਾਂ ਥਾਵਾਂ ਦੇ ਲੋਕ ਹਾਂ, ਅਸੀਂ ਦਾਤਰੀ ਪਹਿਲਾਂ ਮਾਰੀ ਦੀ, ਬਾਅਦ 'ਚ ਪੁੱਛੀਦਾ ਤੇ ਹੁਣ ਕਿਹਾ ਕੀ ਸੀ ਭਲਾ ਮੈਨੂੰ? ਤੇ ਤੁਸੀਂ ਦਾਤਰੀ ਕਿਉਂ ਮਾਰਦੇ ਭਾਈ? ਭਾਅ ਜੀ ਦਾਤਰੀ ਦਾ ਵਾਹਦ ਵੱਡਾ ਵਾ, ਜਲਦੀ ਸੀਤਾ ਨਹੀਂ ਜਾਂਦਾ। ਅੱਛਾ, ਗੋਸ਼ਤ 'ਚ ਦੰਦੇ ਪੈ ਜਾਂਦੇ ਆ, ਉਹ ਸੀ ਨਹੀਂ ਹੁੰਦਾ, ਬੋਧਾ ਹੋ ਜਾਂਦਾ ਬੰਦਾ ਉੱਥੋਂ। ਅੱਛਾ ਅੱਛਾ, ਚਲੋ ਪਿੰਡਾਂ ਦੇ ਬੰਦੇ, ਜੇ ਲੜਾਈ ਆਪਾਂ ਕੱਲ ਹੀ ਕਰਨੀ, ਆਪਾਂ ਕਾਰੋਬਾਰੀ ਬੰਦੇ, ਤੁਸੀਂ ਖਾਨਦਾਨੀ ਲੱਗੇ ਜੇ ਤਦੀ ਤੁਹਾਡੀ ਦੁਕਾਨ ਤੇ ਆਏ, ਦੂਰੋਂ ਵੇਖਿਆ ਪਹਿਲੋਂ ਅਸੀਂ ਤੁਹਾਨੂੰ, ਪ੍ਰਚਾਰ ਕੀਤੀ ਤੁਹਾਡੀ ਵੇਖ ਕੇ, ਬੰਦਾ ਕਿ ਬੰਦਾ ਅਸੀਂ ਪਛਾਣ ਲੈਂਦੇ ਹਾਂ ਪਿੰਡਾਂ ਦੇ ਬੰਦੇ ਜਿਹੜੇ। ਤੁਹਾਡੀ ਨਜ਼ਰ ਦਾ ਕਮਾਲ ਹੈ ਮੇਰ ਦਾ। ਤੇ ਸਾਬਣ ਪਿਆ ਤੁਹਾਡੇ ਕੋਲ? ਤੁਸੀਂ ਭਾਈ ਮੂੰਹ ਧੋਣਾ? ਓ ਭਾਈ, ਓ ਯਾਰ ਆ ਕੌਣ ਆ ਬੱਚਾ? ਬੰਦ ਕਰ ਭਾਈ, ਛੱਡੋ ਨੂੰ, ਇਹ ਲਓ ਤੁਸੀਂ, ਇਹ 250 ਰੁਪਏ ਦਾ ਭਾਜੀ ਪੈਕਟ। 250 ਰੁਪਏ ਦਾ? ਜੀ ਜੀ। ਇਹ ਕੀ ਪੈਂਦਾ ਸਾਬਣ 'ਚ ਜੀ? ਇਹਦੇ 'ਚ ਭਾਜੀ ਕਾਜੂ ਪੈਂਦਾ। ਅੱਛਾ, ਬਦਾਮ ਪੈਂਦੇ ਆ, ਚਾਰੋ ਮਗਜ਼ ਪੈਂਦੇ। ਭਾਜੀ ਮੈਂ ਵੱਡੀ ਭੈਣ ਵਾਸਤੇ ਭਾਂਡਾ ਨਹੀਂ ਖੜ ਰਿਹਾ, ਮੈਂ ਸਾਬਣ ਲੈ ਕੇ ਜਾਣਾ। ਭਾਜੀ ਇਹ 'ਚ ਕੀ ਪੈਣਾ ਹੁੰਦਾ? ਇਹਦੇ 'ਚ ਉਹੀ ਮਟੀਰੀਅਲ ਜਿਹੜਾ ਫੈਕਟਰੀ 'ਚ ਬਣ ਕੇ ਆ ਗਿਆ। ਕੈਮੀਕਲ ਪੈਂਦੇ ਨੇ, ਕੈਮੀਕਲ ਪੈਂਦੇ, ਸਫਾਈ ਵਾਲੇ ਨਹੀਂ। ਤੁਸੀਂ ਤਾਂ ਖਾਣ ਵਾਲੀਆਂ ਚੀਜ਼ਾਂ ਪਾਤੀਆਂ, ਤੁਸੀਂ ਵੀ ਕਦੀ ਖਾਧੀਆਂ ਕਿ ਨਹੀਂ? ਆਹ ਲੈ ਲਓ, ਇਹ 'ਚ ਅਸ਼ਰਫੀ ਮੁਰੱਬਾ ਪਾਇਆ ਹੁੰਦਾ। ਕਿਹਦਾ ਮੁਰੱਬਾ ਪਾਇਆ? ਅਸ਼ਰਫੀ, ਅਸ਼ਰਫੀ। ਭਾਅ ਜੀ ਆਹ ਦੋ ਕੁ ਦਿਨ ਸ਼ਗਿਰਦ ਮੈਨੂੰ ਦੇਵੋ, ਮੈਂ ਤੁਹਾਨੂੰ ਪੱਧਰਾ ਕਰਕੇ ਦੇ ਜਾਵਾਂ। ਇਹ ਜਿੱਦਾਂ ਦਾ ਇਹਦਾ ਮੱਥਾ ਨਾ, ਭੇਡ ਡਰਗਾ, ਇਹਨੂੰ ਮੈਂ ਬਿਲਕੁਲ ਮੁਕੰਮਲ ਕਰ ਦਿਆਂਗਾ। ਉਹ ਸਾਡੀ ਬੱਚਾ ਨਾ ਭਾਜੀ? ਉਹ ਬੱਚਾ ਵੇ ਤੇ ਤੇਰਾ ਬੱਚਾ ਹੋਏਗਾ, ਸਾਡਾ ਬੱਚਾ? ਇਹ ਗਾਹਕਾਂ ਦਾ ਬਦਤਮੀਜ਼ੀ ਕਰਨ ਰੱਖਿਆ ਭਾਜੀ ਤੁਸੀਂ? ਹੈ, ਮਾਨ ਲੈਣਾ ਤਾਂ ਕੋਈ ਉਧਾਰੀ ਨਹੀਂ, ਅਸੀਂ ਪੈਸੇ ਵਟਾਉਣੇ ਭਾਜੀ ਤੁਹਾਨੂੰ। ਭਾਜੀ ਮਤਲਬ ਭਾਜੀ ਇਹ ਸਾਬਣ ਇਹ ਆ ਕਿ ਤੁਸੀਂ ਇੰਜ ਕਰਕੇ ਲਾਓਗੇ ਤਾਂ ਦਾਗ ਦੂਰ। ਓਕੇ ਹੋ ਗਿਆ। ਹਾਂਜੀ, ਇੱਕ 10 ਕੁ ਗਾਚੀਆਂ ਕਰ ਦੇਣੀਆਂ ਜੀ। 10 ਪੈਕਟ ਲਓ ਭਾਜੀ। ਅੱਛਾ, 10 ਪੈਕਟ, ਚਲੋ ਪੈਕਟ ਕਰ ਦਿਓ। 10 ਸਾਬਣ ਹੋਏਗਾ ਵਿੱਚ ਉਹਨਾਂ ਦੇ? ਹੋਰ ਭਾਈ, ਮੈਂ ਕਲਾਕੰਦ ਪੈਕ ਕੀਤੀ ਹੈ। ਇਕੱਲੇ ਪੈਕਟ ਨਾ ਨਾ ਕਰਦੇ ਹੋ ਭਾਈ ਨੇ? ਨਹੀਂ, ਪੈਕਟ ਕੱਲ ਹੀ ਕਰ ਦੇਣਾ, ਸਾਬਣ ਪੂਰਾ ਹੋਏਗਾ। ਪੁੱਤ ਓਏ, ਪੰਜਾਂ ਪੰਜਾਂ ਜੀ ਦੋ ਪੈਕਿੰਗ ਕਰ ਦੇ। 10 ਪੈਕਟ ਹੋ ਗਏ ਤੁਹਾਡੇ ਭਾਈ, ਤੋ ਪੈਕ ਕਰ ਇੱਧਰ ਓਏ। ਅੱਛਾ ਜੀ, ਸਾਹ ਜੀ, ਆਹ ਕੋਈ ਖਾਣ ਵਾਲੀ ਸ਼ੈ ਭਾ? ਨਹੀਂ ਭਾਜੀ, ਇਹ ਵੀ ਸਾਬਣ ਆ। ਇਹ ਕਾਹਦੇ ਵਾਸਤੇ ਆ? ਤੇ ਭਾਜੀ ਇਹ ਨਾਸ਼ਤੇ ਵਾਸਤੇ। ਹੈਂ, ਮੇਰਾ ਮਤਲਬ ਤੁਸੀਂ ਸਵੇਰ ਦੇ ਟਾਈਮ ਵੀ ਇਹਨਾਂ ਨੇ ਭਾਂਡੇ ਧੋਵੋ, ਇਹ ਧੋਵੋਗੇ ਤਾਂ ਫਿਰ ਨਾਸ਼ਤਾ ਹੋਣਾ ਨਾ। ਅੱਛਾ ਅੱਛਾ, ਨਾਸ਼ਤੇ ਵਾਲੇ ਭਾਂਡੇ ਧੋਣ ਵਾਸਤੇ? ਸੁਭਾ ਸੁਭਾ ਨਹੀਂ ਕਰਦੇ ਇਸਤੇਮਾਲ, ਦੇਖਿਆ ਲੋਕਾਂ ਦੇ ਘਰਾਂ 'ਚ ਪਿਆ। ਤੇ ਤੁਹਾਡੇ ਕੀ ਗੱਲ, ਇੱਟ ਨਾਲ ਭਾਂਡੇ ਧੋਣੇ ਤੁਸੀਂ? ਨਹੀਂ ਭਾਈ ਜੀ, ਸੁਭਾ ਨਾਲ ਭਾਂਡੇ ਮਾਜ ਲੈਂਦੀਆਂ ਜਨਾਨੀਆਂ, ਗੋਹਾ ਤੇ ਬਾਲੀ ਦਾ। ਆ ਪਿੰਡਾਂ ਵਾਲੇ ਹਜੇ ਵੀ ਘਰ ਐਸੇ ਹੈਗੇ ਆ ਜਿਹੜੇ ਪੁਰਾਣੀ ਸਫਾਈ ਕਰਦੇ ਆ, ਸਵਾ ਕਿਤੇ ਇਹਦੇ ਨਾਲੋਂ ਜ਼ਿਆਦਾ ਜਰਾਸੀਮ ਧੋਂਦੀ ਆ। ਹਾਂਜੀ ਸਵਾ? ਹਾਂਜੀ ਹਾਂਜੀ। ਤੇ ਥੋੜੀ ਜਿਹੀ ਸਿਰ ਜੀ ਵੀ ਪਵਾ ਲੈਣੀ ਸੀ? ਉਹ ਤੇ ਕੱਟਾ ਪੈ ਗਿਆ ਸ਼ਹਿਰ ਦਾ ਜੀ, ਸਵੇਰ ਤਾਂ ਫਿਰ ਰਹਿੰਦੇ ਆ ਭਾਜੀ ਦੁਕਾਨ ਹੀ। ਬੰਦਾ ਮੈਨੂੰ ਕੋਈ ਨਸਲੀ ਚਾਹੀਦਾ। ਬੇਫਿਕਰ ਹੋ ਜਾ ਭਾਜੀ, ਬੰਦਾ ਨਸਲੀ ਹੈ। ਸਾਬਣ ਤੁਸੀਂ ਲੈ ਜਾਓ ਭਾਜੀ, ਤੁਹਾਨੂੰ ਉਲਾਮਾ ਆਵੇ। ਮੈਂ ਕਹਿੰਦਾ ਵੀ ਇੱਥੇ ਕੰਧ 'ਚ ਮਾਰ ਕੇ ਪੈਸੇ ਲੈ ਜਾਈਓ। ਲਾਮੇ ਵਾਲਾ ਆਪਾਂ ਕੰਮ ਹੀ ਨਹੀਂ ਕਰਨਾ, ਮੈਂ ਸਫਾਈ ਇਸ ਕਿਸਮ ਦੀ ਕਰਦੇ ਨਹੀਂ, ਲਾਮਾ ਤੇ ਆਉਣਾ ਹੀ ਨਹੀਂ। ਵੈਰੀ ਗੁੱਡ। ਹਾਂਜੀ, ਤੇ ਗੱਲ ਇਹ ਆ ਕਿ ਬੰਦਾ ਜ਼ਬਾਨ ਦਾ ਪੱਕਾ ਹੋਣਾ ਚਾਹੀਦਾ। ਅਗਰ ਕੱਲ ਨੂੰ ਕੋਈ ਕੰਮ ਪੈ ਜਾਵੇ ਤੂੰ ਦੁਕਾਨ ਤੇ ਹੀ ਹੁੰਦਾ ਨਾ? ਭਾਜੀ ਮੈਂ ਨਾ ਹਵਾਂ ਸ਼ਗਿਰਦ ਮੇਰਾ ਇੱਥੇ? ਨਹੀਂ ਨਹੀਂ, ਮੈਨੂੰ ਤੂੰ ਚਾਹੀਦਾ, ਤੂੰ ਕਿਹੜਾ ਹੁੰਦਾ? ਮੇਰਾ ਨੰਬਰ ਬਾਹਰ ਲਿਖਿਆ ਭਾਜੀ। ਅੱਛਾ, ਤੁਸੀਂ ਜਦੋਂ ਮਰਜ਼ੀ ਮੈਨੂੰ ਰਾਤ ਨੂੰ 2 ਵਜੇ ਫੋਨ ਕਰੋ, ਮੈਂ ਪਹੁੰਚਾਂਗਾ। ਅੱਛਾ ਅੱਛਾ, ਤੇਰਾ ਨੰਬਰ 0302? ਉਹ ਭਾਈ 2 ਨਹੀਂ, ਉਹ 1 ਆ। ਤੂੰ ਜਿਹੜਾ ਟੀਰਾ ਜਿਹਾ ਹੋਇਆ ਕਿਤੇ ਦੋਵਾਂ ਅੱਖਾਂ ਨਾਲ ਵੇਖਣਾ। ਉਹ ਅੱਛਾ ਅੱਛਾ, ਉਹ 1-1-2 ਲਿਖੇ? ਹਾਂ, ਸਾਹਮਣੇ ਲੰਮੇ ਪੈ ਕੇ ਦੇਖੋ। ਹੈਂ, ਸਾਹਮਣੇ ਲੰਮੇ ਪੈ ਕੇ ਦੇਖੋ, ਸਹੀ ਦੇਖੋ। ਪੱਕਾ ਇੱਧਰ, ਉਹ ਬੜਾ ਝਾੜਨੀ ਵਰਗਾ ਮੂੰਹ ਹੈ ਇਹਦਾ, ਤੂੰ ਕਿਉਂ ਰੱਖ ਲਿਆ ਬੰਦਾ? ਇਹ ਤੇ ਬੰਦਾ ਹੀ ਕਲਹਿਣਾ ਵਾ, ਇਹਨੂੰ ਵੇਖ ਕੇ ਤੇ ਗਾਹਕ ਗਲੀ ਨਾ ਮੁੜੇ, ਦੁਕਾਨ ਤੇ ਕਿੱਦਾਂ ਆਊਗਾ? ਚੱਲ ਤੁਹਾਡੀਆਂ ਤੇ ਆਪਣੀਆਂ ਡੈਵਾਂ ਦੋ ਹਨਾ। ਚੱਲ ਚੱਲ, ਪਾਗਲ ਜਿਹਾ ਬੰਦਾ ਰੱਖਿਆ, ਇਹਨੂੰ ਤੇ ਚਾਹੀਦਾ ਮੈਨੂੰ ਐ ਮਿੰਤ ਸਮਾਤ ਕਰੇ ਮੇਰੀ, ਇਹ ਜਵਾਈਆਂ ਤਰ੍ਹਾਂ ਸਮਝੀਦਾ ਗਾਹਕ ਫੇਰ ਫੱਬਦਾ ਦੁਕਾਨ ਤੇ। ਭਾਈ ਸਾਡੀ ਵਜ੍ਹਾ ਤੇ ਬੱਚੇ ਬਣਨੇ ਤੁਹਾਡੇ, ਤੂੰ ਬੱਚਿਆਂ ਦਾ ਮਾਮਾ ਵਾ ਵੀ ਤੇਰੀ ਵਜ੍ਹਾ ਤੋਂ ਪੜ ਲੈ। ਹੈਂ ਵੀ ਸਵੇਰ ਦੇ ਬੈਠੇ ਜੇ ਵੇਖੋ ਕਿੱਦਾਂ ਬਗਾਨੇ ਜੇ ਮੂੰਹ ਹੋਏ ਤੁਹਾਡੇ, ਗਾਹਕ ਆਇਆ ਪੂਰਾ ਰੌਣਕ ਆ ਗਈ ਆ, ਨਹੀਂ ਤੇ ਜਿੱਦਾਂ ਚੁੱਕੇ ਬਾਹਰ ਰੱਖੀਆਂ ਇੱਦਾਂ ਹੀ ਤੁਸੀਂ ਅੰਦਰ ਰੱਖ ਦੇਣੀਆਂ ਸੀ ਸ਼ਾਮ ਨੂੰ।
ਤੁਹਾਡਾ ਭਾਰ ਘਟਾਉਣ ਆ ਗਿਆ ਮੈਂ, ਭਾਰ ਘਟਾਉਣ ਆਇਆ ਤੇਰਾ ਮੈਂ। ਅਮਲੀਆ ਹਾਂਜੀ ਭਾਈ ਦੱਸੋ। ਉਹ ਕੈਸੀ ਬਗਾਨੀ ਜੀ ਸ਼ਕਲ ਆ ਆ ਪੁੱਤ, ਆਹ ਨੀਲੀ ਬੋਤਲ ਫੜਾਈ, ਉਹ ਨੀਲੀ ਨਹੀਂ ਨਹੀਂ ਆਹ ਨਹੀਂ, ਆਹ ਨੀਲੀ ਫੜਾ ਮੇਰਾ ਪੁੱਤ। ਭਾਅ ਜੀ ਇੱਕ ਨੰਬਰ, ਇਹ ਪਿੱਤਾ ਪਾੜ ਕੇ ਰੱਖਿਆ ਕਿਸੇ ਦਾ ਭਾਅ ਜੀ, ਇਹ ਕੀ ਹੈ ਭਾਅ ਜੀ? ਇਹ ਭਾਅ ਜੀ ਇਹ ਸਪੈਸ਼ਲ ਹੈਗਾ, ਅਸਲੀ ਆ ਭਾਈ ਨੇ। ਕੋਠ ਲਾ ਕੇ ਦੇਖ ਲਓ ਭਾਅ ਜੀ, ਮੈਂ ਤੇ ਝੋਟ ਨਾ ਲਾ ਲਵਾਂ, ਉਹ ਇਹਨੂੰ ਮੈਂ ਚੁੱਪ ਕਰਾ ਦੇਣਾ, ਉਹ ਇਹਨੂੰ ਮੈਂ ਬਿਲਕੁਲ ਚੁੱਪ ਕਰਾ ਦੇਣਾ। ਚੁੱਪੋ ਚੁੱਪੋ, ਮੈਂ ਪਹਿਲਾਂ ਹੀ ਖਿਜਿਆ ਪਿਆ ਭਾਈ, ਉੱਥੋਂ ਮਾਲ ਵਾਲੀ ਦੁਕਾਨ ਨਹੀਂ ਸੀ ਲੱਭਣ ਦੀ। ਭਾਈ ਇਹ ਦੇਖੋ ਬੇਫਿਕਰ ਰੱਖ ਰੱਖ ਮੇਰਾ ਬੁੱਤ, ਉੱਥੇ ਕਿੰਨੀਆਂ ਕਰਨੀਆਂ ਭਾਈ ਜੀ? ਇਹਨੇ ਮੈਂ ਦੱਸਦਾ ਤਰਤੀਬ ਦੱਸਦਾ ਤੁਹਾਨੂੰ ਮੈਂ। ਅੱਛਾ ਇਹ ਨੀਲ ਸੀਗਾ? ਨੀਲ ਭਾਈ ਆਹ ਤਦਾਰ ਦੀ ਬੋਤਲ ਤੇ ਫੜਾ ਪੁੱਤ, ਬੱਲੇ ਬੱਲੇ ਇੱਕ ਨੰਬਰ ਆ ਭਾਜੀ। ਹੈਲੋ ਭਾਈ ਜਾਨ, ਉਹ ਬਗੈਰ ਤਾਂ ਕਿਤੇ ਡੇਲ ਕਰ ਲਓ, ਕੋਕ ਫੜਾਤੀ ਆ ਉਹਨੂੰ। ਇਹ ਤੁਸੀਂ ਚੈੱਕ ਕਰਕੇ ਨਾ ਰੱਖਿਆ, ਤੁਸੀਂ ਚੈੱਕ ਕਰਕੇ ਨਾ ਰੱਖਿਆ। ਓਏ ਫੜ ਗਲਾਸ। ਉਹ ਭਾਈ ਕੀ ਕਹ, ਉਹ ਮਾਰਨਾ ਚਾਹੁੰਦੇ ਗਾਹਕ ਨੂੰ? ਨਹੀਂ ਨਹੀਂ ਭਾਈ, ਉਹ ਫੜਾ ਨਾ ਕੋ ਭਾਈ, ਇੱਕ ਨੰਬਰ ਬੇਫਿਕਰ ਹੋ ਜਾਓ ਤੁਸੀਂ, ਬੇਹਦਾਇਤਾ ਵਾ ਅਸਲ 'ਚ ਬੱਚਾ ਨਾ ਭਾਜੀ। ਉਹ ਬੱਚਾ ਬੱਚਾ ਕਹਿ ਕੇ ਤੂੰ ਮੇਰੇ ਸਿਰ ਕਰੀ ਜਾਂਦਾ ਉਹਨੂੰ, ਉਹ ਬੱਚਾ ਸੈੱਟ ਹੋ ਜਾਏਗਾ, ਬੇਫਿਕਰ ਹੋ ਜਾਏ। ਕਿੰਨੇ ਦੀ ਬੋਤਲ ਆ ਭਾਈ? ਠੰਡੀ ਕਰਕੇ 120 ਦੀ, ਵੈਸੇ 100 ਦੀ। ਓਏ ਠੰਡੀ ਠੰਡੀ ਕਿਹੜੀ ਗੱਲੋਂ ਕਰਨੀ ਹੈ? ਕਿਹੜੀ ਗੱਲ? ਉਹ ਤਜ਼ਾਬ ਦੀ ਠੰਡੀ ਕਿਉਂ ਕਰਨੀ ਤੁਸੀਂ? ਉਹ ਬਦਤਮੀਜ਼ਾ, ਉਹ ਅਸਲ 'ਚ ਨਾ ਉਹਦੇ ਜ਼ਿਹਨ 'ਚ ਦੂਈ ਫਸੀ ਆ ਬੋਤਲ ਫਰਿੱਜ ਵਾਲੀ, 100 ਦੀ ਬੋਤਲ ਭਾਈ, 100 ਦੀ ਬੋਤਲ ਜੀ ਜੀ ਜੀ। ਕੀ ਫੁਰਕ ਹੋਣ ਰਹੀ ਹੈ ਬੰਦਾ? ਤੂੰ ਭਰਾ ਲੱਗਦਾ, ਗੱਲ ਤੇਰੇ ਨਾਲ ਕਰਨ ਲੱਗਾ ਮੈਂ। ਮੈਂ ਤਾਬੇਦਾਰ ਹਾਂ ਭਾਜੀ, ਹੁਕਮ ਕਰੋ। ਮਾਲ 2 ਨੰਬਰ ਨਾ ਹੋਵੇ ਭਾਜੀ। ਕੈਸੀ ਗੱਲ ਕਰਨ ਦਾ? ਤਾਂ ਦੱਸਿਆ ਨਾ ਕਿ ਤੁਹਾਨੂੰ ਸ਼ਿਕਾਇਤ ਆਵੇ, ਇੱਥੇ ਸਾਰੀ ਸ਼ਹਿ ਸੁੱਟ ਕੇ ਆਪਣੇ ਪੈਸੇ ਲੈ ਜਿਓ। ਓਕੇ ਹੋ ਗਿਆ। ਐਚਬੀ ਟ੍ਰੇਡਰ ਤੱਕ ਬੰਦਾ ਖਾਨਦਾਨੀ ਆ, ਤੂੰ ਜ਼ਬਾਨ ਦਾ ਪੱਕਾ ਬੰਦਾ, ਐਵੇਂ ਨਹੀਂ ਮੈਂ ਤੇਰੇ ਕੋ ਆਇਆ। ਖਾਨਦਾਨੀ ਆ ਜੀ, ਪੱਕਾ ਬੰਦਾ ਖਾਨਦਾਨੀ, ਜਿਹੜਾ ਬੰਦਾ ਇੱਕ ਵਾਰੀ ਚੀਜ਼ ਲੈ ਕੇ ਗਿਆ ਦੁਬਾਰਾ ਨਹੀਂ ਆਇਆ। ਜਿਹਨੇ ਕੋ ਨੂੰ ਪਾਏਦਾਰ ਸ਼ਹਿ ਦਿੱਤੀ ਆ ਉਹਦਾ ਸਰ ਗਿਆ, ਲੈ ਹੀ ਨਹੀਂ ਗਿਆ। ਹਾਂ ਸਰ ਗਿਆ, ਸਰ ਗਿਆ ਉਹਦਾ। ਹਾਂਜੀ ਹਾਂਜੀ, ਲਓ ਜੀ ਗੱਲ ਇਹ ਆ, 1 ਲੀਟਰ ਹੁੰਦਾ ਬੋਤਲ ਦੇ ਵਿੱਚ, ਇਹ 1.5 ਵਾਲੀ ਆ ਭਾਜੀ, ਆਪਾਂ ਮਾਲ ਪੂਰਾ ਭਰੀਦਾ ਵਾ। ਅੱਛਾ ਗੱਲ ਇਹ ਆ, ਨਾਪ ਤੋਲ ਚ ਕਮੀ ਨਹੀਂ ਹੈਗੀ, ਜ਼ਿਹਨ ਚ ਰੱਖੀ। ਅੱਛਾ ਹਾਂਜੀ, ਇਹ 18 ਦੇਗਾ ਭਾਈ ਨੇ, 18 ਦੇਗਾ। ਅੱਛਾ 18 ਦੇਗਾ, 6 ਗੋਸ਼ਦੀਆਂ ਵਾ, 6 ਬਰਿਆਨੀ ਦੀਆਂ, ਅੱਛਾ 12 ਹੋ ਗਈਆਂ, ਤੇ 3 ਹੈਗੀਆਂ ਕਸਟਰਡ ਦੀਆਂ, ਤੇ 3 ਚ ਖੀਰ ਆ। ਇਹ 18 ਦੇਗਾ, 20 ਦੇਗ ਨੂੰ ਕਿੰਨੀਆਂ ਬੋਤਲਾਂ ਲੱਗਣਗੀਆਂ? 20 ਦੇਗ ਨੂੰ? ਉਹ ਭਰਾਵਾ ਕਿਹੜੀ ਗੱਲ ਕਰੀ ਜਾਂਦਾ, ਦੇਗਾਂ ਵਾਲਾ ਨਹੀਂ ਹੈਗਾ। ਉਹ ਭਾਈ ਤੂੰ ਸਮਝਿਆ ਨਹੀਂ, ਅਸੀਂ ਕੀਤੀ ਆ ਸਾਲੀ ਦੀ ਮੰਗਣੀ ਇੱਕ ਜਗ੍ਹਾ ਤੇ। ਕਿਹਦੀ ਸਾਲੀ? ਆਪਣੀ ਨਹੀਂ। ਅੱਛਾ ਤੇਰੀ ਸਾਲੀ ਦੀ? ਉਹਦਾ ਵਿਆਹ ਆ ਗਿਆ ਵਾ, ਸੁਬਾ ਉਹਦਾ ਵਿਆਹ ਵਾ। ਚਲੋ ਚੰਗੀ ਗੱਲ ਆ, ਮਾਲਕ ਨੇ ਤੁਹਾਡਾ ਭਾਰ ਲਾ ਦਿੱਤਾ ਤੇ ਨਾਲ ਹੀ ਸਫਾਈ ਸੁਥਰਾਈ, ਬਹੁਤ ਅੱਛੀ ਗੱਲ ਆ। ਸਫਾਈ ਤੇ ਕਰਨੀ ਚਾਹੁੰਦਾ ਭਰਾਵਾ, ਐਵੇਂ ਨਹੀਂ ਮੈਂ ਤੇਰੇ ਕੋਲ। ਵੈਰੀ ਗੁੱਡ, ਨਾਲ ਪਤਾ ਕੀ ਹੈ, ਸਫਾਈ ਨਿਸਫ ਇਮਾਨ ਆ। ਹਾਂਜੀ ਵੀ ਤੁਸੀਂ ਸਫਾਈ ਕੀਤੀ, ਹੁਣ ਵੀ ਅਗਲੇ ਦਾ ਦਿਲ ਹੋਰ ਜੰਮੂ ਵੀ ਬੰਦੇ ਬਹੁਤ ਅੱਛੇ ਆ। ਮਿਹਰਬਾਨੀ। ਤੇ ਗੱਲ ਇਹ ਆ ਭਾਈ, ਉਹਨਾਂ ਨੂੰ ਬੰਦੇ ਗਿਆ ਸੀ, ਤੁਸੀਂ ਲਿਆਉਣੇ ਆ 30? ਸਿਰਫ 30 ਬੰਦੇ? ਹਾਂਜੀ। ਉਹਦੀ ਕੀ ਵਜ੍ਹਾ? ਇੰਨੇ ਥੋੜੇ ਮਾੜਾ ਘਰ, ਸਹੁਰਿਆਂ ਦਾ ਮਾੜਾ ਘਰ ਮੈਂ। ਚਲੋ ਭਾਈ, ਧੀਆਂ ਦੇ ਵਿਆਹੀ ਦੀਆਂ ਕਿ ਬੋਝ ਹੀ ਲੱਥੇ ਹੈ, ਭਾਰ ਹੌਲਾ ਹੋਵੇ ਪਿਓ ਦਾ, ਤੇ ਜੇ ਕਰਜ਼ੇ ਹੀ ਚੜ ਜਾਣੇ ਆ ਤੇ ਫਿਰ ਵਿਆਹ ਦਾ ਫਾਇਦਾ ਹੈ? ਨਹੀਂ ਜੇ ਭਾਰ ਹੀ ਲਾਉਣਾ ਤਾਂ ਤੁਸੀਂ ਕੁੜੀ ਦੀਆਂ ਲੱਤਾਂ ਲਾ ਦਿਓ ਦੋ। ਨਹੀਂ ਲੈਂਦੀਆਂ, ਨਹੀਂ ਲੈਂਦੀਆਂ ਭਾਈ ਲੱਤਾਂ, ਧੀਆਂ ਦਿਹਾੜੀਆਂ ਦੀਆਂ ਕਿੱਦਾਂ ਲੱਤਾਂ ਲੈ ਜਾਂਦੀਆਂ? ਉਹ ਕਹਿੰਦੇ ਅਸੀਂ 330 ਬੰਦੇ ਲਿਆਉਣੇ ਆ। 330? ਹਾਂਜੀ ਯਾਰ, ਇੰਨਾ ਫਰਕ? ਹਾਂਜੀ, ਹੁਣ ਮੈਂ ਸੋਚਿਆ ਵਾ ਕਿ 18 ਦੇਗਾਂ ਵਾ, 18 ਸਰ ਜਾਣਾ ਵਾ, 1.5 ਬੋਤਲ ਕਾਫੀ ਆ ਉਹਨਾਂ 'ਚ। 1.5 ਬੋਤਲ? ਹਾਂਜੀ। ਕੱਚ ਦੇਗ 'ਚ ਭਾਜੀ? ਉਹ ਦੇਗ 'ਚ? ਅੱਛਾ
ਧੋਣ ਵਾਸਤੇ ਕਹਿ ਰਹੇ ਦੇਗਾ? ਧੋਣ ਵਾਸਤੇ ਨਹੀਂ ਪਾਈ, ਸਫਾਈ ਨਹੀਂ ਨਹੀਂ ਪਕਾਈ ਤੋਂ ਬਾਅਦ ਪਾਉਣਾ ਵਾ। ਅੱਛਾ, ਰੋਟੀ ਜਦੋਂ ਖੁੱਲਣੀ ਹੈ ਨਾ ਉਦੋਂ ਬੋਤਲਾਂ ਵਿੱਚ ਸੁੱਟ ਦੇਣੀਆਂ ਸੀ, ਵਿੱਚੇ ਸਾਲਣ ਦੇ ਕਸਟਰਡ ਦੇ ਖੀਰ ਦੇ। ਭਾਈ ਹੌਲੀ ਬੋਲੋ ਕਿ ਸੁਣ ਨਾ ਲਵੇ। ਕੀ ਹੋ ਗਿਆ ਭਰਾਵਾ, ਕੀ ਹੋ ਗਿਆ ਤੈਨੂੰ? ਉਹ ਵੇਚਣਾ ਨਹੀਂ ਮਾਲ, ਵੇਚਣਾ ਨਹੀਂ ਤੂੰ? ਉਹ ਮੈਂ ਮਾਲ ਤੇ ਵੇਚਣਾ, ਮੈਨੂੰ ਗੱਲ ਤੇ ਪੂਰੀ ਖੋਲ ਕੇ ਦੱਸ। ਗੱਲ ਇਹ ਆ ਭਾਈ ਕਿ ਅਸੀਂ ਚਾਹੁੰਦੇ ਹਾਂ 300 ਬੰਦਾ ਵਾਪਸ ਨਾ ਜਾਵੇ। ਤੁਹਾਡੇ ਕੋਲ ਇੰਨੀ ਜਗ੍ਹਾ ਹੈ ਵੀ ਉਹਨਾਂ ਨੂੰ ਸਮਾ ਸਕੋ ਤੁਸੀਂ? ਸੋਣੀ ਕਦੋਂ ਆ ਭਾਈ? ਆ ਸਾਬਣ ਕਾਹਦੇ ਵਾਸਤੇ ਲਿਆ? ਹਾਂ ਵੀ ਤਾਂ ਕਿ ਬਈ ਜਿੰਨੇ ਪਲੇਟ ਖਾਣੀ ਆ ਫੜਕਣਾ ਨਾਲੋ ਨਾਲ ਨਵਾਈ ਜਾਣਾ ਸੀ। ਉਹ ਮੈਨੂੰ ਗੱਲ ਖੁੱਲ ਕੇ ਦੱਸ ਕੀ ਕਹਿਣ ਡਿਆ? ਬਈ ਖੁੱਲ ਕੇ ਦੱਸਾਂ, ਮੈਂ ਤਜ਼ਾਬ ਉਹਦਾ ਦੇਗਾਂ 'ਚ ਪਾਉਣਾ, ਮੈਂ ਫੜਕਾਉਣਾ 300 ਬੰਦਾ ਭਾਈ। ਇਸ ਕਰਕੇ ਮੈਂ ਤੇਰੇ ਕੋਲੋਂ ਤਜ਼ਾਬ ਲੈਣ ਆਇਆ ਤੇ ਬੰਦਾ ਤੂੰ ਖਾਨਦਾਨੀ ਆ, ਜ਼ਬਾਨ ਦਾ ਪੱਕਾ, ਮੈਂ ਤੇ ਇੱਕੋ ਹੀ ਖੜਨਾ ਹੁਣੇ ਮਾਲ ਸਾਰਾ। ਉਹ ਮੈਂ ਜ਼ਬਾਨ ਦੇ ਤਾਂ ਪੱਕਾ ਵਾ ਸੀ, ਤਜ਼ਾਬ ਕਿਤੇ ਦੇਗਾਂ 'ਚ ਪਾਉਣ ਲਈ ਵੇਚੀਦਾ ਵਾ? ਤੂੰ ਥੋੜ੍ਹਾ ਵੇਚਣਾ ਮੈਨੂੰ ਦੇਗਾਂ ਦਾ ਕਹਿ ਕੇ, ਤੂੰ ਤੇ ਵੇਚਦਾ ਮੈਂ ਜੇ 'ਚ ਮਰਜ਼ੀ ਪਾਵਾਂ। ਉਹ ਭਰਾਵਾ ਕੱਲ ਨੂੰ ਤਜ਼ਾਬ ਪੜਾ ਕੇ ਤੂੰ ਸਾਰੇ ਲੰਮੇ ਪਾ ਦਵੇਂ, ਆ ਪੁਲਿਸ ਮੈਨੂੰ ਲੱਭਦੀ ਫਿਰੇ। ਤੈਨੂੰ ਕਿਉਂ ਲੱਭਣਾ? ਤੈਨੂੰ ਕਿਉਂ ਲੱਭਣਾ? ਦੁਕਾਨ 'ਤੇ ਨਹੀਂ ਹੁੰਦਾ, ਤੈਨੂੰ ਕਿਉਂ ਲੱਭਣਾ? ਉਹ ਸਿੱਧੇ ਇੱਥੇ ਆਉਣਗੇ, ਮੇਰੇ ਨਾਲ ਆਉਣਗੇ। ਕਿੰਨੀਆਂ ਬੋਤਲਾਂ ਕਰਨੀਆਂ ਜੀ? ਇਹ 30 ਬੋਤਲਾਂ ਕਰਦੇ ਜੋ। ਇੱਕ ਮਿੰਟ ਰੁਕ ਓਏ ਕਾਲਿਆ, ਤੂੰ ਵੀ ਠਹਿਰ ਜਾ। ਸਵਾ ਬੋਤਲ ਪਾਉਣੀ ਆ, ਪਾਇਆ ਲਾ ਕੇ ਲਾਲ ਕਰ ਦੇਣਾ। ਨਹੀਂ ਪਾਇਆ ਤੈਨੂੰ ਕਿਹੜੀ ਗੱਲੋਂ ਲਾਉਣਾ ਮੈਂ? ਤੂੰ ਤੇ ਸਿਰਫ ਇੰਨਾ ਕਹਿਣਾ ਹਾਂਜੀ ਮੇਰੇ ਕੋਲੋਂ ਮਾਲ ਗਿਆ। ਮਾਲ 2 ਨੰਬਰ ਨਹੀਂ ਹੋਣਾ ਚਾਹੀਦਾ, ਮਾਲ ਹੋਣਾ ਚਾਹੀਦਾ 1 ਨੰਬਰ ਭਾਈ। ਬੋਰਾ ਫੜ ਮੁੰਡਿਆ ਕਿੱਥੇ? ਓ ਕਾਕਾ ਓਏ ਇਹਨੂੰ ਬਾਹਰ ਕੱਢ। ਬੋਰਾ ਫੜ ਮੁੰਡਿਆ ਕਿੱਥੇ? ਬਾਹਰ ਨਿਕਲੋ ਭਾਈ। ਕੀ ਹੋਇਆ? ਤੇਰੀ ਖੈਰ ਹੋ? ਓ ਗੱਲ ਸੁਣ ਲੈ ਭਾਈ, ਗੱਲ ਸੁਣ ਲੈ। ਕਿੱਥੇ ਤੂੰ ਬੰਦੇ ਮਾਰਨ ਡੇ ਆ? ਇੱਥੇ ਕਦੋਂ ਮਾਰਨੇ? ਮੈਂ ਤਾਂ ਪਿੰਡ ਮਾਰਨੇ ਆ। ਓ ਪਿੰਡ ਇੱਥੇ ਤਾਂ ਮਾਰਨੇ ਕੋਈ ਨਹੀਂ। ਉਹ ਪਿੰਡੋਂ ਕਿਹੜਾ ਵੀ ਡਾਲਾ ਇੱਥੇ ਆ ਨਹੀਂ ਸਕਦਾ। ਦੇਖ ਬੰਦਾ ਤੂੰ ਖਾਨਦਾਨੀ ਆ, ਤੂੰ ਮੇਰੇ ਨਾਲ ਜ਼ਬਾਨ ਕੀਤੀ ਆ ਕਿ ਮੈਂ ਤੈਨੂੰ ਮਾਲ ਦੇਣਾ ਵਾ, ਹੈ? ਤੂੰ ਮਾਲ ਵੇਚਣ ਨਹੀਂ ਬੈਠਾ? ਉਹ ਮੈਂ ਵੇਚਣ ਬੈਠਾ, ਮੁੜ ਕੇ ਜੇਲ੍ਹ 'ਚ ਐਡਾ ਐਡਾ ਮੋਟਾ ਮੱਛਰ ਆ, ਉਹ ਕਿਹਨੇ ਲੜਾਉਣਾ ਵਾ? ਤੇ ਜਿਹੜਾ ਬਚਿਆ ਪਹਿਲਾਂ ਜੇਲ੍ਹ 'ਚ ਛਿੜਕ ਲਵੀ, ਮੱਛਰ ਮਾਰ ਲਈ, ਬਾਅਦ 'ਚ ਆਪ ਸੁੱਤਾ ਰਹੀ ਉੱਥੇ। ਚਲੋ 4 ਕੁ ਦੇ ਦਿਓ ਇਹਨੂੰ। ਉਹ 4 ਕੁ ਉਹ ਵੀ ਕਹੀ ਨਾ, 4 ਕੁ ਦੇ, ਇੱਕ ਨਹੀਂ ਘੱਟ ਖੜਨੀ, 30 ਬੋਤਲਾਂ ਪੂਰੀਆਂ ਹੋ ਗਈਆਂ। ਆ ਭਰਾਵਾ 30 ਹੋ ਨਿਕਲ ਇੱਥੋਂ ਤੈਨੂੰ। ਮੈਂ ਕਹਿੰਦਾ ਕਿ ਮੈਂ ਇਦਾਂ ਦੀ ਸਫਾਈ ਇਸ ਬੁਰਾਈ ਦੀ ਕਰਨੀ ਆ ਨਾ, ਆ ਜਿਹੜੇ ਧੀਆਂ ਵਾਲੇ ਘਰ 30 ਬੰਦੇ ਕਹਿ ਕੇ 330 ਆਉਂਦੇ ਆ, ਮੈਂ ਇੱਕ ਵਾਪਸ ਨਹੀਂ ਜਾਣ ਦੇਣਾ, ਮੈਂ ਪਿੰਡ ਦੇ ਵਿੱਚ ਦੱਬਣੇ ਸਾਰੇ। ਉਹਨਾਂ ਦੀ ਵੈਸੇ ਮਿੰਨਤ ਕਰ ਲਾ, ਤੂੰ ਉਹਨਾਂ ਦੀ ਜਾਨ ਲੈਣ ਡਿਆ। ਮਿੰਨਤ ਕਿਹੜੀ ਗੱਲੋਂ ਕਰਾਂ, ਜਦੋਂ ਮਿੰਨਤ ਕਰਕੇ ਭੇਜਿਆ ਸੀ ਕਿ ਬੰਦੇ 30 ਚਾਹੀਦੇ ਆ, ਕਿਉਂ ਲੈ ਕੇ ਆਉਣੇ ਉਹਨਾਂ ਨੇ ਇਹਨੇ ਬੰਦੇ? ਹੈ ਮਿੰਨਤ ਕਰਨਾ? ਮਿੰਨਤ ਕਾਹਨੂੰ ਕਰਨੀ? ਢੱਕਾਂ ਖੋਲ ਕੇ ਇੰਜ ਕਰਨਾ, ਹੁਣ ਮੈਂ ਇੰਜ ਕਰਦਾ ਫਿਰ? ਚੱਲ ਮਾਰ ਲਾ ਧੱਕਾ ਇਹਨੂੰ, ਚੱਲ ਚੱਲ ਖਲੋ ਜਾ, ਮੈਨੂੰ ਛੱਡ ਕੇ ਰੋਡ ਤੱਕ ਛੱਡ ਗਿਆ ਬੰਦਾ ਤੂੰ। ਖਾਨਦਾਨੀ ਆ ਮੈਂ ਤੇ ਕੋ ਲੈ ਕੇ ਖਾਨਦਾਨੀ ਨਹੀਂ ਭਰਾਵਾ, ਮੁੜ ਕੇ ਖਾਨਦਾਨੀ ਜੇਲ੍ਹ ਕਿੱਦਾਂ ਕੱਟੂਗਾ? ਮੈਂ ਤੈਨੂੰ ਕਹਿਣਾ ਮੈਂ ਤੇਰੀ ਦੁਕਾਨ ਤੋਂ ਲੈਣਾ ਤਜ਼ਾਬ, ਮੈਂ ਬੰਦਾ ਛੱਡਣਾ ਕੋਈ ਨਹੀਂਗਾ, ਮੇਰੀਆਂ ਭਾਵੇਂ 30 ਤੋਂ ਕੱਟੀ, ਮੈਨੂੰ ਲੱਗਦਾ ਇੱਕ ਬੋਤਲ ਤੇਰੇ ਵਾਸਤੇ, ਇੱਕ ਬੋਤਲ ਹੋਰ ਕਰ। ਓਏ ਤੈਨੂੰ ਮੈਂ ਕਿਹਾ